आरडीएफ ਦਾ ਜਿਹੜਾ ਰੋਲਾ ਪੈ ਰਿਹਾ ਉਹ 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 ਕਿੰਨਾ ਕੋ ਵਾਜਬ ਹੈ ਕਿਉਂਕਿ ਸੈਂਟਰ ਕਹਿੰਦੀ ਹੈ ਕਿ ਜਿੰਨਾ ਆਰਡੀਐਫ ਤੁਹਾਨੂੰ ਪਹਿਲਾਂ ਦਿੱਤਾ ਉਹਦਾ ਤੁਹਾਨੂੰ ਯੂਸੀ ਦਿਓ ਯੂਟਿਲਾਈਜੇਸ਼ਨ ਸਰਟੀਫਿਕੇਟ ਦਿਓ ਵੀ ਪੈਸਾ ਲਾਇਆ ਕਿੱਥੇ ਕਿਉਂਕਿ ਤੁਹਾਨੂੰ ਪੈਸਾ ਦਿੱਤਾ ਜਾਂਦਾ ਰੂਰਲ ਏਰੀਆ ਦੇ ਡਵੈਲਪਮੈਂਟ ਦੇ ਲਈ ਤਾਂ ਤੁਸੀਂ ਪੈਸਾ ਕਿਸੇ ਹੋਰ ਪਾਸੇ ਲਾ ਦਿੰਦੇ ਹੋ ਔਰ ਸਟੇਟ ਗਵਰਨਮੈਂਟ ਕਹਿੰਦੀ ਹੈ ਕਿ ਸਾਡਾ 1000 ਕਰੋੜ ਰੁਪਏ ਤੋਂ ਵੱਧ ਦਾ ਪੈਸਾ ਤੁਹਾਡੇ ਵੱਲ ਖੜਾ ਹੈ ਤੁਸੀਂ ਸਾਡਾ ਪੈਸਾ ਦਿਓ ਇਹ ਮਸਲਾ ਹੈ ਨਾ ਕਿ ਸਰਕਾਰ ਦੀ ਜਦੋਂ ਲੰਬੀ ਸੋਚ ਚਾਹੀਦੀ ਹੈ ਕਿ ਪ੍ਰੋਗਰੈਸਿਵ ਸੋਚ ਹੈ ਕਿ ਅਸੀਂ ਅਗਲੇ 10 ਸਾਲ ਲਈ ਕਿੱਧਰ ਲੈ ਕੇ ਜਾਣਾ ਮੈਂ ਤਾਂ ਹੀ ਕਹਿ ਰਿਹਾ ਕਿ ਸਾਡੀ ਪੰਜਾਬ ਦੀ ਇੱਕ ਸ਼ਾਰਟ ਟਰਮ ਵਿਜ਼ਨ ਹੋਣੀ ਚਾਹੀਦੀ ਹੈ ਕਿ 2030 ਤੱਕ ਕੀ ਵਿਜ਼ਨ ਹੈ ਇੱਕ 2040 ਤੱਕ ਵਿਜ਼ਨ ਹੋਣੀ ਚਾਹੀਦੀ ਹੈ ਮਿਡ ਟਰਮ ਲਈ ਤੇ ਇੱਕ ਲੌਂਗ ਟਰਮ 2050 ਦੀ ਫਰਕ ਇਨਾਂ ਚ ਇਹ ਆ ਕਿ ਅਸੀਂ ਇਹ ਸਬਜ਼ੀਆਂ ਕਿਹੜੀਆਂ ਬੀਜਣੀਆਂ ਨੇ ਨੌਜਵਾਨੀ ਨੂੰ ਕਿਹੜੇ ਰਾਹ ਤੋਰਨਾ ਇਹ ਸ਼ਾਰਟ ਟਰਮ ਵਿਜ਼ਨ ਹੋ ਗਈ ਮੀਡਲ ਟਰਮ ਇਹ ਹੋ ਗਈ ਕਿ ਉਹਨੂੰ ਕੋਰਸ ਕਰੈਕਸ਼ਨ ਕਰਨ ਦੀ ਜ਼ਰੂਰਤ ਹੈ ਕਿ ਨਹੀਂ ਜਿਹੜੀ ਲੌਂਗ ਟਰਮ ਵਿਜਨ ਇਹ ਆ ਕਿ ਅਸੀਂ ਖੇਤੀਬਾੜੀ ਤੇ ਹੀ ਡਿਪੈਂਡਡ ਆ ਕੋਈ ਪ੍ਰੋਸੈਸਿੰਗ ਇੰਡਸਟਰੀ ਲਗਾਣੀ ਹੈ ਕਿ ਨਹੀਂ ਅਸੀਂ ਸਾਰੀ ਕਣਕ ਪੈਦਾ ਕਰ ਦਿੰਦੇ ਆ ਹੁਣ ਕੁਝ ਪਿਛਲੇ ਦਹਾਕੇ ਦੇ ਵਿੱਚ ਇੱਕ ਮੈਨੂੰ ਬੜੇ ਸੀਨੀਅਰ ਆਫੀਸਰ ਨੇ ਇਹ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਕਿ ਬੜੇ ਦਮਕ ਜੇ ਮਾਰ ਰਹੇ ਹੋ ਤੁਸੀਂ ਕਿੰਨੀ ਵੱਡੀ ਕਿਸਾਨੀ ਦੀ ਪੈਦਾਵਾਰ ਕਰ ਦਿੱਤੀ ਮੈਨੂੰ ਇੱਕ ਗੱਲ ਦੱਸੋ ਤੁਹਾਡੇ ਪੰਜਾਬ ਦੇ ਵਿੱਚ ਕਿੰਨੀਆਂ ਕ ਬ੍ਰੈਡ ਫੈਕਟਰੀਆਂ ਨੇ ਮੈਂ ਚੁੱਪ ਕੋਈ ਵੀ ਨਹੀਂ ਬਿਸਕੁਟ ਫੈਕਟਰੀਆਂ ਕਿੰਨੀਆਂ ਨੇ ਦੁੱਧ ਤੁਹਾਡਾ ਇੱਥੋਂ ਪਾਊਡਰ ਬਣ ਕੇ ਉਹ ਡਾਊਨ ਸਾਊਥ ਚ ਜਾਂਦਾ ਉੱਥੋਂ ਵੱਡੇ ਬ੍ਰਾਂਡ ਦੇ ਵਿੱਚ ਬਿਸਕੁਟ ਬਣਦਾ ਕਣਕ ਦੇ ਆਟੇ ਤੋਂ ਮੈਦੇ ਤੋਂ ਬਣ ਕੇ ਫੇਰ ਇੱਥੇ ਆ ਰਿਹਾ ਇੱਥੋਂ ਜਾਂਦਾ ਏ ਕੁਇੰਟਲਾਂ ਦੇ ਹਿਸਾਬ ਨਾਲ ਮੁੜ ਕੇ ਗ੍ਰਾਮਾਂ ਚ ਵਿਕਦਾ ਏ ਉਸ ਤੋਂ ਬਾਅਦ ਤੁਹਾਡੇ ਚਿਪਸ ਆ ਗਏ ਹਾਰਟੀਕਲਚਰ ਦੀ ਆ ਗਈ ਇਹ ਹੈਗੀ ਏ ਲੌਂਗ ਟਰਮ ਵਿਜ਼ਨ ਵੀ ਅਸੀਂ ਇਸ ਕਿਸਾਨੀ ਨੂੰ ਇਸ ਪਾਸੇ ਲੈ ਕੇ ਜਾਣਾ ਨੌਜਵਾਨੀ ਨੂੰ ਕਿਸਾਨੀ ਦੇ ਵਿੱਚ ਤੁਹਾਡਾ ਜਿੰਨਾ ਟੈਕਸ ਆ ਉਹ ਸਟੇਟ ਦੇ ਵਿੱਚ ਰਵੇ ਕਿਸਾਨੀ ਕਮਾਵੇ ਨੌਜਵਾਨ ਕਮਾਣ ਪ੍ਰਾਇਮਰੀ ਪ੍ਰੋਸੈਸਿੰਗ ਕਰਨ ਲੇਕਿਨ ਇਹ ਜਿਹੜੀ ਗੱਲ ਚੱਲ ਪਈ ਹੈ ਕਿ ਜੀ ਕਿਸਾਨ ਵਿਹਲਾ ਹੈ ਮੈਂ ਤੁਹਾਨੂੰ ਪਰਸੋਂ ਰੋਜ਼ ਦੀ ਗੱਲ ਦੱਸਦਾ ਕਿਸਾਨਾਂ ਨੇ ਮੈਂ ਮਕੌੜਾ ਪੱਤਨ ਦੇ ਉੱਤੇ ਵੇਖਣ ਲਈ ਗਿਆ ਉਸ ਤੋਂ ਬਾਅਦ ਮੈਂ ਡਿਪਟੀ ਕਮਿਸ਼ਨਰ ਸਾਹਿਬ ਨਾਲ ਵੀ ਗੱਲ ਹੋਈ ਸਾਰਿਆਂ ਨਾਲ ਵੀ ਇਹ ਕਿੰਨੀ ਦੇਰ ਲੱਗੇਗੀ ਰਾਵੀ ਦਰਿਆ ਦੇ ਵਿੱਚੋਂ ਦੋ ਟਰੈਕਟਰ ਪਾ ਕੇ ਸਿਰਫ 30 ਕੁਇੰਟਲ ਕਣਕ ਕਿਉਂਕਿ ਉਸ ਤੋਂ ਬਾਅਦ ਝਾੜਨੀ ਚੱਲੀ ਜਾ ਸਕਦੀ ਦੋ ਟਰੈਕਟਰ ਜ਼ੋਰ ਲਾ ਕੇ ਨੰਘਾ ਰਹੇ ਨੇ ਇਹ ਹੈ ਕਿਸਾਨੀ ਕਿ ਤੁਸੀਂ ਕਹਿੰਦੇ ਹੋ ਕਿ ਮੌਜਾਂ ਹੀ ਕਰ ਰਿਹਾ ਕਿਸਾਨ ਕਿਸਾਨ ਕੋਲ ਹੋਰ ਆਪਸ਼ਨ ਹੀ ਕੋਈ ਨਹੀਂ ਹੈਗੀ ਕੁਝ ਨਹੀਂ